www.dizzyblitz.com. See, please below. I'm gonna introduce a fantastic, absolutely wonderful superstar. ਜਿਹੜੀ ਕਿ ਸਾਡੀ ਮਾਂ ਬੋਲੀ ਨੂੰ ਬਹੁਤ ਅੱਛੇ ਤਰੀਕੇ ਨਾਲ ਲਿਖਣ ਵਿੱਚ ਵੀ ਤਾਂ ਗਾਉਣ ਦੇ ਵਿੱਚ ਵੀ ਗਾਇਕੀ ਵਿੱਚ ਵੀ ਜਿਸ ਕਲਾਕਾਰ ਨੇ ਇਕੱਲੀ ਹਿੰਦੁਸਤਾਨ ਵਿੱਚ ਨਹੀਂ, ਇਕੱਲੀ UK ਵਿੱਚ ਨਹੀਂ, ਇਕੱਲੀ ਕੈਨੇਡਾ ਅਮੈਰੀਕਾ ਵਿੱਚ ਨਹੀਂ, ਬਟ ਦ ਹੋਲ ਵਰਲਡ ਹੀ ਹੈ ਸ਼ੁੱਕ ਵਿਦ ਹਿਸ ਕਲਮ ਐਂਡ ਦ ਵੇ ਹੀ ਸਿੰਗਸ. So please, I'm going to introduce you to this wonderful, fantastic superstar, Sartaaj Paaji. Absolutely wonderful, and welcome to UK. Thank you. Dr. Ji, Sartaaj Ji, I'm going to tell you about your childhood. ਅਤੇ ਹਮੇਸ਼ਾ ਹੱਥੀਂ ਕਿਰਤ ਕਰਕੇ ਕਰਨ ਦਾ ਪਤਾ ਥੋੜ੍ਹਾ ਜਿਹਾ, ਇਸ ਕਰਕੇ ਮੇਰੀ ਕਲਮ 'ਚ ਜ਼ਿਆਦਾਤਰ ਕੁਦਰਤ, ਨੇਚਰ ਅਤੇ ਖੇਤੀਬਾੜੀ, ਕਿਸਾਨੀ ਦਰਦ ਆਉਂਦਾ. ਅਤੇ ਉੱਥੋਂ ਹੀ ਚੇਟਕ ਸੀ ਬਚਪਨ 'ਚ ਗਾਉਣ ਦੀ, ਮੈਨੂੰ ਲੱਗਦਾ 3 ਜਮਾਤ 'ਚ ਮੈਂ ਪਹਿਲੀ ਵਾਰੀ ਸਟੇਜ 'ਤੇ ਗਾਤਾ ਹੋਊਗਾ, ਪਰ ਉਸ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਬਣ ਜਾਈਏ ਉਸਤਾਦ ਦੀ, ਭਾਵੇਂ ਤਾਂ ਵੀ ਸਿੱਖਦੇ ਰਹੀਏ, ਜੇ ਕੋਈ ਦੱਸੇ ਗਲਤ ਤਜਰਬੇ ਵਾਲੀ ਤਾਂ ਸੁਣੀਏ. ਸੋ ਤੁਹਾਡੇ ਵਰਗਿਆਂ ਫਨਕਾਰਾਂ ਤੋਂ ਜਿਨ੍ਹਾਂ ਨੇ ਇਹਨਾਂ ਮੁਲਕਾਂ 'ਚ ਰਹਿ ਕੇ ਸਾਡੇ ਸੰਗੀਤ ਨੂੰ ਕਾਇਮ ਰੱਖਿਆ, ਜਿੰਦਾ ਰੱਖਿਆ, ਉਹਨਾਂ ਤੋਂ ਅਸੀਂ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹਿੰਦੇ. ਸੂਫੀ ਮਿਊਜ਼ਿਕ ਆ ਤਾਂ ਕਈ ਇਹਨਾਂ ਨੂੰ ਜਾਣੀ ਕਿ ਸਮਝਦੇ ਆ ਵੀ ਇਹਦਾ ਮਤਲਬ ਕੀ, ਤਾਂ ਕਈਆਂ ਨੂੰ ਨਹੀਂ ਸਮਝ, ਉਹ ਕਈ ਹੋਰ ਤਰ੍ਹਾਂ ਦੇ ਗੀਤ ਹੁੰਦੇ ਉਹਨੂੰ ਵੀ ਸੂਫੀ ਕਹਿੰਦੇ ਆ, ਸੂਫੀ ਮਿਊਜ਼ਿਕ ਕਹਿੰਦੇ. ਸੋ ਪਲੀਜ਼ ਇਹਦੇ ਬਾਰੇ ਤੁਸੀਂ ਮਾੜਾ ਜਿਹਾ. ਦੇਖੋ ਦਰਅਸਲ ਸੂਫੀਇਜ਼ਮ ਕੀ ਹੈ ਜੀ? ਸੱਚਾਈ, ਸਿਦਕ, ਮੁਹੱਬਤ ਔਰ ਰਜ਼ਾ 'ਚ ਰਹਿਣਾ. ਸੂਫੀਇਜ਼ਮ ਬੇਸ਼ੱਕ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਉਹਦੇ ਵਿੱਚ ਵੀ ਸੂਫੀਇਜ਼ਮ ਦੀਆਂ ਗੱਲਾਂ ਤੁਸੀਂ, ਕਿਉਂਕਿ ਸ਼ੇਖ ਬਾਬਾ ਫਰੀਦ ਜੀ ਦੀ ਬਾਣੀ ਸ਼ਾਮਿਲ ਕੀਤੀ ਜਦੋਂ ਪੰਜਵੇਂ ਪਾਤਸ਼ਾਹ ਨੇ ਉਹਦੇ ਵਿੱਚ, ਸੋ ਉਹ ਸਭ ਤੋਂ ਪਹਿਲੇ ਪੰਜਾਬੀ ਸੂਫੀ ਸ਼ਾਇਰ ਹੋਏ. ਸੋ ਹਰ ਥਾਂ ਜਿੱਥੇ ਵੀ ਸੱਚਾਈ ਦੀ ਗੱਲ ਹੁੰਦੀ ਹੈ, ਜਿੱਥੇ ਵੀ ਮੁਹੱਬਤ ਦੀ ਗੱਲ ਹੁੰਦੀ ਹੈ, ਮੈਨੂੰ ਲੱਗਦਾ ਸੂਫੀਇਜ਼ਮ ਹੈ. ਮੇਰੀ ਜਦੋਂ ਡਾਕਟਰੇਟ PhD ਕਰ ਰਿਹਾ ਸੀ ਮੈਂ ਯੂਨੀਵਰਸਿਟੀ 'ਚ, ਕਾਫੀ ਲੋਕ ਡਿਸਕਸ ਕਰਦੇ ਆ ਕਿ ਜੀ ਸੂਫੀਇਜ਼ਮ ਇਹ ਹੁੰਦਾ, ਸੂਫੀਇਜ਼ਮ 'ਚ ਇੱਦਾਂ ਦੇ ਕੱਪੜੇ ਪਾਉਂਦੇ ਆ, ਇੱਥੋਂ ਆਇਆ ਇਹ ਫਲਸਫਾ ਆ. ਫਿਰ ਮੈਨੂੰ ਲੱਗਿਆ ਕਿ ਸੂਫੀਇਜ਼ਮ ਦੀਆਂ ਗੱਲਾਂ ਕਰਨ ਨਾਲੋਂ ਜੇ ਅਸੀਂ ਸੂਫੀ ਹੋ ਜਾਈਏ ਉਹ ਜ਼ਿਆਦਾ ਵੱਡੀ ਗੱਲ ਆ. ਸੋ ਅੱਜ ਸੂਫੀ 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 ਸਾਰੇ ਪਾਈ ਜਾਂਦੇ ਰੌਲਾ, ਕੋਈ ਸੂਫੀ ਦੀ ਡੂੰਘਾਈ ਨੂੰ ਨਹੀਂ ਮਾਪਦਾ. ਮੈਂ ਕੀ ਜਾਣਦਾ ਤਰੀਕਤਾਂ, ਹਕੀਕਤਾਂ, ਫਕੀਰੀ, ਮੈਨੂੰ ਪਤਾ ਨਹੀਂ ਜੀ ਹਾਲੇ ਖੁਦ ਆਪਦਾ. ਸੂਫੀ ਸਫ ਤੋਂ ਬਣੇ ਨੇ ਜਾਂ ਕਿ ਸੂਫ ਨੇ ਬਣਾਏ, ਕਿਹੜੇ ਮੁਲਕਾਂ ਤੋਂ ਇਹੋ ਜਿਹਾ ਫਲਸਫਾ ਲਿਆਏ, ਕਿਵੇਂ ਇਸ਼ਕੇ 'ਚ ਨੱਚੇ, ਕਿਵੇਂ ਇਸ਼ਕੇ 'ਚ ਗਾਏ, ਕਿਹੜੀ ਸੁਰ ਹੈ ਇਲਾਹੀ ਉਹ ਅਲਾਪਦਾ. ਮੈਂ ਕੀ ਜਾਣਦਾ ਤਰੀਕਤਾਂ, ਹਕੀਕਤਾਂ, ਫਕੀਰੀ, ਮੈਨੂੰ ਪਤਾ ਨਹੀਂ ਜੀ ਹਾਲੇ ਖੁਦ ਆਪਦਾ. ਸੋ ਮੈਂ ਸਮਝਦਾ ਕਿ ਮੈਨੂੰ ਸੂਫੀਇਜ਼ਮ ਦੀ ਜ਼ਰਾ ਮਾਫਿਕ ਵੀ ਨਾ ਤਾਂ ਉਹਦੀ ਸਮਝ ਆ, ਨਾ ਉਹਦਾ ਕੋਈ ਇਲਮ ਆ, ਨਾ ਮੈਂ ਸੂਫੀ ਹੋ ਸਕਦਾ, ਕਿਉਂਕਿ ਉਹ ਬਹੁਤ ਵੱਡਾ ਰੁਤਬਾ ਆ, ਬਹੁਤ ਵੱਡੀ ਫਨਕਾਰੀ ਹੈ. ਪਰ ਮੈਂ ਕੋਸ਼ਿਸ਼ ਹਮੇਸ਼ਾ ਕਰਦਾ ਰਹਿੰਦਾ ਕਿ ਸੂਫੀਇਜ਼ਮ ਦੀਆਂ ਗੱਲਾਂ ਘੱਟ ਕਰੀਏ ਅਤੇ ਸੂਫੀ ਹੋ ਕੇ ਜੇਕਰ ਦਿਖਾਈਏ ਉਹ ਬਿਹਤਰ. ਚੀਰੇ ਵਾਲਿਆ
ਰਹੀ ਹੈ ਤੁਸੀਂ ਲਿਖਦੇ ਆ ਤਾਂ ਇਹ ਕਿੱਥੋਂ ਤੁਹਾਨੂੰ ਸ਼ੌਂਕ ਪਿਆ ਤਾਂ ਕਿਹਨਾਂ ਤੋਂ ਜਾਣੀ ਕਿ ਤੁਸੀਂ ਸਿੱਖਿਆ ਜਾਂ ਜਾਣੀ ਕਿ ਸ਼ੁਰੂ ਕੀਤਾ ਪੋਇਟਰੀ ਦਾ ਜਿਹੜੀ ਮੈਂ ਗੱਲ ਕਰਾਂ ਪੋਇਟਰੀ ਮੇਰੀ ਜ਼ਿੰਦਗੀ 'ਚ ਬਹੁਤ ਲੇਟ ਆਈ ਹੈ ਮੈਂ ਉਦੋਂ ਮੇਰਾ ਖਿਆਲ ਹੈ ਕਿ ਪੋਸਟ ਗ੍ਰੈਜੂਏਸ਼ਨ ਕਰ ਚੁੱਕਾ ਸੀ ਐਮ ਫਿਲ ਕਰ ਰਿਹਾ ਸੀ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਹੋਊਗਾ ਪਰ ਇਤਫਾਕਨ ਆਉਣੀ ਇਸ ਤਰ੍ਹਾਂ ਸ਼ੁਰੂ ਹੋਈ ਜਿਵੇਂ ਕੋਈ ਬੰਨ ਲੱਗਿਆ ਸੀ ਅਤੇ ਟੁੱਟ ਗਿਆ ਅਤੇ ਤੁਸੀਂ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਸਮਝਦਾ ਕਿ ਇਲਾਹੀ ਇਲਾਮਤਾਂ ਨੇ ਜੇਕਰ ਸਾਈਂ ਵਰਗੀ ਨਜ਼ਮ ਮੇਰੀ ਕਰਮ 'ਚੋਂ ਆਈ ਹੈ ਅਤੇ ਉਹਦੇ ਵਿੱਚ ਮੇਰੀ ਦੇਣ ਕੁਛ ਨਹੀਂ ਉਹ ਸਿਰਫ ਪਰਮਾਤਮਾ ਨੇ ਮੇਰੇ ਥਰੂ ਲਿਖਾਤੀ ਜਾਂ ਹੋ ਸਕਦਾ ਸੀ ਕਿਸੇ ਦੇ ਥਰੂ ਵੀ ਲਿਖਾ ਸਕਦਾ ਸੀ ਪਰ ਉਸ ਚੀਜ਼ ਨੇ ਤਮਾਮ ਦੁਨੀਆ ਵਿੱਚ ਜੇਕਰ ਰੁਤਬਾ ਪਾਇਆ ਇੱਜ਼ਤ ਪਾਈ ਜਾਂ ਉਹਨੇ ਕਈਆਂ ਦੀਆਂ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਖੁਸ਼ੀ ਜਾਂ ਚਾਅ ਜਾਂ ਕੁਛ ਤਬਦੀਲੀ ਲਿਆਉਂਦੀ ਹੈ ਸੋ ਇਸ ਸਾਰੇ ਦੇ ਸਾਰੇ ਹੱਕਦਾਰ ਉਹ ਇੱਕੋ ਇੱਕ ਰੱਬ ਆ ਜਾਂ ਸਰੋਤੇ ਆ ਜਿਨ੍ਹਾਂ ਨੇ ਇਸ ਚੀਜ਼ ਨੂੰ ਪਿਆਰ ਦਿੱਤਾ ਸੁਪਨੇ ਚੌਂਕੀ ਵੀ ਬਦਲਿਆ ਕੋਈ ਕਲਮ ਸਜੀ ਲੀਏ ਬਸ ਤੇਰਾ ਹੀ ਨਾਮ ਲਿਖੀ ਮੈਂ ਸੁਪਨੇ ਵਿੱਚ ਛੋਇਆ ਫਿਰ ਵੀ ਇਲਜ਼ਾਮ ਲਿਖੀ ਇਹ ਨਾਜ਼ੁਕ ਕਲ ਨੂੰ ਮੈਂ ਦੋ ਉਂਗਲਾਂ ਲਾਇਆ ਸੀ ਤੂੰ ਸਿਮਟ ਗਈ ਸੀ ਤੇ ਨਜ਼ਰਾਂ ਵੀ ਚੁਕਾਇਆ ਸੀ ਪਲਕਾਂ ਦੀ ਹਰਕਤ ਨੇ ਸੌ ਸੌ ਪੈਗਾਮ ਲਿਖੇ ਮੈਂ ਸੁਪਨੇ ਵਿੱਚ ਛੋਇਆ ਫਿਰ ਵੀ ਇਲਜ਼ਾਮ ਲਿਖੇ ਸਾਡੀ ਵੀਡੀਓ ਦੇ ਵਿੱਚ ਵੀ ਤਾਂ ਇਹ ਤੁਹਾਡੀ ਰਾਈਟਿੰਗ ਦੇ ਵਿੱਚ ਵੀ ਜਿਹੜੀ ਨੇਚਰ ਆ ਉਹਦੇ ਬਾਰੇ ਬਹੁਤ ਤੁਸੀਂ ਜਾਣੀ ਕਿ ਪਿਆਰ ਕਰਦੇ ਆ ਰਿਸਪੈਕਟ ਕਰਦੇ ਆ ਇਹ ਜਾਣੀ ਕਿ ਕਿੱਥੋਂ ਕਾਹਤੇ ਵੀ ਜਾਣੀ ਕਿ ਉਹ ਆਏ ਨੇਚਰ ਮੈਂ ਸਮਝਦਾ ਕਿ ਯੂਨੀਵਰਸਲ ਇੱਕੋ ਇੱਕ ਵੱਡੀ ਚੀਜ਼ ਆ ਜਿਹੜੀ ਹਰ ਥਾਂ ਪਾਈ ਜਾਂਦੀ ਹੈ ਚਾਹੇ ਤੁਸੀਂ ਹਿੰਦੁਸਤਾਨ 'ਚੋਂ ਚਾਹੇ ਇੱਥੇ ਹੋ ਕੁਦਰਤ ਨੇ ਦਾ ਵਰਤਾਰਾ ਜਿਹੜਾ ਉਹ ਆਪਣੇ ਆਪ ਚੱਲਦਾ ਰਹਿਣਾ ਸੋ ਸਭ ਤੋਂ ਵੱਡੀ ਜਿਹੜੀ ਚੀਜ਼ ਆ ਜੇ ਤੁਹਾਡੀ ਉਹਦਾ ਮੁਹੱਬਤ ਪੈ ਜੇ ਫਿਰ ਤੁਹਾਨੂੰ ਛੋਟੀਆਂ ਚੀਜ਼ਾਂ ਨਾਲ ਮੁਹੱਬਤ ਪਾਉਣ ਦੀ ਲੋੜ ਨਹੀਂ ਅਤੇ ਇਸ ਕਰਕੇ ਔਰ ਵੈਸੇ ਵੀ ਜ਼ਾਤੀ ਕਈ ਬੰਦਿਆਂ ਨੂੰ ਡਾਊਨ ਟਾਊਨ ਕਹਿੰਦੇ ਹੁੰਦੇ ਆ ਸਿਟੀ ਸੈਂਟਰ ਕਈ ਬੰਦਿਆਂ ਨੂੰ ਪੱਬ ਜਾਣਾ ਚੰਗਾ ਲੱਗਦਾ ਕਈਆਂ ਨੂੰ ਕਿਤੇ ਜਾਣਾ ਚੰਗਾ ਲੱਗਦਾ ਸੋ ਮੈਨੂੰ ਜੰਗਲਾਂ 'ਚ ਜਾਣਾ ਚੰਗਾ ਲੱਗਦਾ ਨਦੀਆਂ ਚੰਗੀਆਂ ਲੱਗਦੀਆਂ ਪੰਛੀਆਂ ਦੇ ਗੀਤ ਚੰਗੇ ਲੱਗਦੇ ਆ ਝਰਨੇ ਵਧੀਆ ਲੱਗਦੇ ਆ ਕਿ ਸੋ ਇਸ ਕਰਕੇ ਮੈਂ ਸਮਝਦਾ ਕਿ ਜਿਹੋ ਜਿਹੀ ਤੁਹਾਡੀ ਫਿਤਰਤ ਆ ਉਹੋ ਜਿਹੀ ਤੁਹਾਡੀ ਕਲਮ ਦੇ ਉੱਤੇ ਅਸਰ ਹੁੰਦਾ ਇਸੇ ਕਰਕੇ ਮੇਰੇ ਜ਼ਿਆਦਾਤਰ ਗੀਤ ਨੇਚਰ ਤੋਂ ਇੰਸਪਾਇਰਡ ਨੇ ਹੋ ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਉਹ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ ਜਿਹੜਾ ਸਾਡਾ ਪੰਜਾਬੀ ਆਰਟ ਦਾ ਕਲਚਰ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਹੁਣ ਸਾਡਾ ਆਰਟ ਜਿਹੜਾ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਆ ਉਹ ਕਿੱਧਰ ਨੂੰ ਜਾ ਰਹੀ ਆ ਵੀ ਅੱਛੇ ਤਰੀਕੇ ਨੂੰ ਜਾ ਰਹੀ ਆ ਦੇਖੋ ਸਾਡੀ ਜੇ ਜ਼ੁਬਾਨ ਦੀ ਗੱਲ ਕਰੀਏ ਤਾਂ ਉਹਨੂੰ ਨਾ ਤਾਂ ਕੋਈ ਕਦੀ ਕਿਸੇ ਚੀਜ਼ ਦੀ ਕਹਿੰਦੇ ਆ ਡਰ ਆ ਨਾ ਉਹਨੂੰ ਕਿਸੇ ਚੀਜ਼ ਦਾ ਖਤਰਾ ਹੈ ਪੰਜਾਬੀ ਜ਼ੁਬਾਨ ਜਦੋਂ ਤੋਂ ਜੰਮੀ ਹੈ ਜਵਾਨ ਹੀ ਹੁੰਦੀ ਆਈ ਹੈ ਅਤੇ ਜਵਾਨ ਹੁੰਦੀ ਰਹੇਗੀ ਸਿਰਫ ਜੇ ਖਤਰਾ ਮੇਰੇ ਅਕੋਰਡਿੰਗਲੀ ਜੇ ਮੈਨੂੰ ਲੱਗਦਾ ਉਹ ਹੈ ਸਾਡੀ ਲਿਪੀ ਨੂੰ ਗੁਰਮੁਖੀ ਲਿਪੀ ਨੂੰ ਖਾਸ ਤੌਰ 'ਤੇ ਸਾਡਾ ਊੜਾ ਜਿਹੜਾ ਬੱਚਿਆਂ ਨੂੰ ਬਹੁਤ ਤੁਸੀਂ ਦੇਖੋ ਕਿਸੇ ਵੀ ਕਾਲਜ ਯੂਨੀਵਰਸਿਟੀ ਕੈਂਪਸ ਸਕੂਲ 'ਚ ਜਾਓ 90% ਇਹੋ ਜਿਹੇ ਤੁਹਾਨੂੰ ਬੱਚੇ ਮਿਲ ਜਾਣਗੇ ਜਿਹਨਾਂ ਨੂੰ ਊੜਾ ਜਿਹੜਾ ਸਾਰਾ ਲਿਖਣਾ ਨਹੀਂ ਆਉਂਦਾ ਹੋਣਾ ਜਿਹਨਾਂ ਨੂੰ ਪੰਜਾਬੀ ਬੋਲਣੀ ਬਹੁਤ ਠੇਠ ਆਉਂਦੀ ਹੈ ਪਰ ਜਿਹੜੇ ਲਿਖ ਜਾਂ ਪੜ੍ਹ ਨਹੀਂ ਸਕਦੇ ਸੋ ਮੈਂ ਸਮਝਦਾ ਕਿ ਅਸੀਂ ਲਿਪੀ ਨੂੰ ਜ਼ਰੂਰ ਸੰਭਾਲੀਏ ਇਹਨਾਂ ਮੁਲਕਾਂ 'ਚ ਵੀ ਖਾਸ ਤੌਰ 'ਤੇ ਉਹ ਸਾਡੇ ਪੰਜਾਬ 'ਚ ਵੀ ਇਹ ਹਾਲ ਹੋ ਚੁੱਕਾ ਕਿ ਉਹ ਪੰਜਾਬੀ ਨੂੰ ਇੰਗਲਿਸ਼ 'ਚ ਲਿਖਦੇ ਹੁੰਦੇ ਆ ਸੋ ਇਸ ਚੀਜ਼ 'ਤੇ ਗੌਰ ਕਰਨਾ ਚਾਹੀਦਾ ਮੈਂ ਵੀ ਕਿਹਾ ਇੱਕ ਵਾਰੀ ਕਿ ਜਦੋਂ ਮੁੱਢਲੀ ਪੜ੍ਹਾਈ ਵਿੱਚ ਹੋਰ ਨੇ ਜ਼ੁਬਾਨਾਂ ਕਿਹਨੇ ਪੁੱਛਣਾ ਫਿਰ ਤੈਨੂੰ ਸਰਤਾਜ ਬੇਈਮਾਨਾ ਉਦੋਂ ਸੱਸਾ ਹਾਹਾ ਕੱਕਾ ਖੱਖਾ ਗੱਗਾ ਵੀ ਨਹੀਂ ਰਹਿੰਦਾ ਜਦੋਂ ਢੋਲ ਪਾਟ ਜਾਵੇ ਉਦੋਂ ਡੱਗਾ ਵੀ ਨਹੀਂ ਰਹਿੰਦਾ ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਤਿੰਦਰ ਸਰਤਾਜ ਤੇ ਤੁਸੀਂ ਦੇਖ ਰਹੇ ਹੋ desiblitz.com ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ ਯਾਰਾਂ ਜਿਹੇ ਯਾਰ ਮਿਲੇ ਲੱਗੀ ਸੀ ਖੁਸ਼ੀ ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ ਯਾਰਾਂ ਜਿਹੇ ਯਾਰ ਮਿਲੇ ਲੱਗੀ ਸੀ ਖੁਸ਼ੀ
देखिया पहाड़ा उत्ते रुख झाड़िया बच्चे सानू वेख मारदे सी ताड़िया कई चोर दे सूए टप्पे थां लभ गई जेड़ी असी पालदे सी छां लभ गई उच्ची जही ढाब उत्ते पई छन सी आ गए नजारे होगी तन तन सी उथों असी बैठ के चुफेरा तकिया रब दा बनाया होया घेरा तकिया कोई कोई जावदा सी शहर वल नू कोई बैठा सुनदा हवा दी गल नू